ਆ ਮੇਰੇ ਇਹਨਾਂ ਹਾਲਾਤਾਂ ਨੂੰ ਵੇਖ ਕੇ ਲੋਕ ਸਮਝਦੇ ਨੇ ਕਿ ਇਹ ਖਰੇ ਅਨਪੜ੍ਹ। ਅੱਛਾ, ਲੋਕਾਂ ਨੂੰ ਕੀ ਪਤਾ ਮੇਰੀ ਤਲੀਮ ਕੀ ਹੈ, ਲੋਕੀ ਮੈਨੂੰ ਅਨਪੜ੍ਹ ਸਮਝਦੇ ਨੇ। ਅੱਛਾ, ਹਾਂ ਮੈਂ ਜਨਾਬ ਮੈਟ੍ਰਿਕ ਤੋਂ ਬਾਅਦ ਪਟਿਆਲੋ ਜੀ ਦਾ ਕੋਰਸ ਕੀਤਾ, ਪਟਿਆਲੋ ਜੀ ਦਾ। ਅੱਛਾ, ਹੁਣ ਇੱਥੇ ਬੜੇ ਬੜੇ ਪੜ੍ਹੇ ਲਿਖੇ ਲੋਕ ਜਿਹੜੇ ਸੋਚੀ ਪੈ ਗਏ ਹੋਣੇ ਨੇ ਕਿ ਪਟਿਆਲੋ ਜੀ ਕੀ ਹੁੰਦਾ। ਪਟਿਆਲੋ ਜੀ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਪਟਿਆਲੋ ਜੀ ਕਿਹੜਾ ਕੋਰਸ ਹੁੰਦਾ। ਅੱਛਾ, ਬੜੀ ਮਿਹਨਤ ਕੀਤੀ ਪਟਿਆਲੋ ਜੀ ਕਰਕੇ ਵੀ ਮੈਂ ਕਾਮਯਾਬੀਆਂ ਹੀ ਹਾਸਲ ਕੀਤੀ। ਅੱਛਾ, ਹਾਂ ਪਟਿਆਲੋ ਜੀ ਪਤਾ ਕੀ ਹੁੰਦਾ? ਅੱਛਾ, ਪਟਿਆਲੋ ਜੀ ਦਾ ਮਤਲਬ ਹੁੰਦਾ ਆ, ਸਾਰੇ ਸੁਣ ਲੋ, ਪਟਿਆਲੋ ਜੀ ਦਾ ਮਤਲਬ ਹੁੰਦਾ ਪੱਠੇ ਵੱਢਣਾ। ਮੈਟ੍ਰਿਕ ਤਿਕਰ ਜਿਹੜੀ ਤਲੀਮ ਹਾਸਲ ਕਰਕੇ ਇੰਗਲਿਸ਼ ਸਿੱਖੀ ਉਹ ਦਿਮਾਗ ਦੇ ਵਿੱਚੋਂ ਡਾਟਾ ਉੱਡ ਗਿਆ। ਤੇ ਪੱਠੇ ਵੱਢਣ ਦੇ ਵਿੱਚ ਜਿਹੜਾ ਕੋਰਸ PhD ਕੀਤੀ ਉਹ ਟਣਾ ਟਨ ਧੂੜਾ ਪੱਟ ਦੇਈਦੀਆਂ ਨੇ ਉਹਨੇ ਕੋਰਸ ਕਰਕੇ ਆ ਕੰਮ ਦੇ ਵਿੱਚ, ਠੀਕ ਹੈ, ਤੁੰਨ ਤੁੰਨ ਕੇ ਪੱਠੇ ਵੱਢੀ ਦੇ ਨੇ।